ਸਤਿ ਸ਼੍ਰੀ ਅਕਾਲ ਦੋਸਤੋ, ਇਸ ਪੈਰੇ ਨੂੰ ਆਪਾਂ 80 ਦੀ ਸਪੀਡ 'ਤੇ ਡਿਕਟੇਟ ਕਰਾਂਗੇ। ਦੋਸਤੋ, ਇਸ ਪੈਰੇ ਦੇ ਵਿੱਚ ਬਹੁਤ ਨਵੇਂ ਸ਼ਬਦ ਮਿਲਣਗੇ ਤੁਹਾਨੂੰ, ਸੋ ਧਿਆਨ ਨਾਲ ਕਰਨਾ। ਹਾਂਜੀ, ਸਟਾਰਟ। ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹਿਲੀ ਵਾਰ ਸਥਾਪਿਤ ਹੋਣ ਦੇ 400 ਸਾਲਾਂ ਜਸ਼ਨਾਂ ਦੇ ਮਨਾਏ ਜਾਣ ਦੇ ਅਹਿਮ ਇਤਿਹਾਸਿਕ ਅਵਸਰ 'ਤੇ ਜਿੱਥੇ ਇਸ ਲਾਮਿਸਾਲ ਸਰਬ ਸਾਂਝੇ ਬ੍ਰਹਿਮੰਡੀ ਚੇਤਨਾ ਵਾਲੇ ਅਤੇ ਸਮੂਹ ਮਨੁੱਖ ਜਾਤੀ ਲਈ ਕਲਿਆਣਕਾਰੀ ਧਰਮ ਗ੍ਰੰਥ ਦੇ ਵਿਵਿਧ ਪਹਿਲੂਆਂ ਪੱਖਾਂ ਅਤੇ ਅਧਿਆਤਮਿਕਤਾ ਸੰਬੰਧੀ ਨਿਕਟ ਅਧਿਐਨ ਹੋਣਾ ਬੇਹੱਦ ਜ਼ਰੂਰੀ ਹੈ। ਉੱਥੇ ਇਸ ਅਦੁੱਤੀ ਗ੍ਰੰਥ ਵਿੱਚੋਂ ਉੱਭਰਦਾ ਕੁਦਰਤ ਦਾ ਜ਼ਿਕਰ ਵੀ ਸਾਡੇ ਮਨ ਮਸਤਕ ਨੂੰ ਧੂ ਪਾਉਂਦਾ ਹੈ ਡੰਡੇ। ਨਿਰਸੰਦੇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀਨ ਭਾਰਤ ਦੇ ਇਤਿਹਾਸ, ਮਿਥਿਹਾਸ, ਸੱਭਿਆਚਾਰ, ਸਾਹਿਤ, ਭਾਸ਼ਾਵਾਂ, ਧਰਮਾਂ, ਮਾਨਤਾਵਾਂ, ਵਿਸ਼ਵਾਸਾਂ, ਵਰਣ ਵਿਵਸਥਾ, ਸਾਂਝੀ ਪੰਜਾਬੀਅਤ ਅਤੇ ਵਿਸ਼ੇਸ਼ ਕਰਕੇ ਅਧਿਆਤਮਿਕਵਾਦ ਦਾ ਸਾਗਰ ਹੈ। ਪਰੰਤੂ ਇਸ ਸਭ ਕੁਝ ਦੇ ਪਿਛੋਕੜ ਵਿੱਚ ਕਾਰਜਸ਼ੀਲ ਪ੍ਰਕਿਰਤੀ ਦਾ ਜਿੰਨਾ ਵਨ ਸੁਬੰਨਾ, ਬਹੁਰੰਗਾ, ਵਿਵਧ ਅਤੇ ਮਨਮੋਹਕ ਵਰਣਨ ਇਸ ਨਾਯਾਬ ਗ੍ਰੰਥ ਵਿੱਚ ਹੋਇਆ ਹੈ, ਉਹ ਸੱਚਮੁੱਚ ਹੀ ਕਾਬਲੇ ਗੌਰ ਅਤੇ ਕਾਬਲੇ ਜ਼ਿਕਰ ਹੈ ਡੰਡੇ। ਕੁਦਰਤ ਸ਼ਬਦ ਦੇ ਗੁਰਬਾਣੀ ਵਿੱਚ ਅਨੇਕ ਪੱਖੀ ਅਰਥ ਹਨ। ਇਹ ਕਰਤਾਰ ਦੀ ਰਚਨਾ ਸ਼ਕਤੀ ਤੋਂ ਲੈ ਕੇ ਮਾਇਆ ਦੇ ਬਹੁਭਾਂਤੀ ਪਸਾਰੇ ਨੂੰ ਆਪਣੇ ਵਿੱਚ ਸਮੇਟਣ ਵਾਲੀ ਤਾਕਤ, ਈਸ਼ਵਰਤਾ, ਦਿਵਯਤਾ, ਸੱਤਾ ਅਤੇ ਪ੍ਰਕਿਰਤੀ ਦੀ ਢੋਹ ਦੇਣ ਵਾਲੀ ਉਹ ਹਸਤੀ ਹੈ ਡੰਡੇ। ਗੁਰਬਾਣੀ ਵਿੱਚ ਕੁਦਰਤ ਨੂੰ ਜੋ ਸਰਬ ਵਿਆਪੀ ਸਰੂਪ ਬਖਸ਼ਿਆ ਗਿਆ ਹੈ, ਉਸ ਦਾ ਥੋੜ੍ਹਾ ਜਿਹਾ ਵਿਸਤਾਰ ਦੇਣਾ ਹੋਰ ਵਧੇਰੇ ਪ੍ਰਾਸੰਗਿਕ ਹੋਵੇਗਾ ਡੰਡੇ। ਭਾਸ਼ਾ ਵਿਗਿਆਨਿਕ ਨਿਯਮਾਂ ਅਨੁਸਾਰ ਬਹੁਤ ਵਾਰ ਕਿਸੇ ਖਾਸ ਸਮੇਂ ਕਿਸੇ ਸ਼ਬਦ ਦੀ ਵਰਤੋਂ ਵੱਖਰੇ ਅਰਥਾਂ ਅਤੇ ਪ੍ਰਸੰਗ ਵਿੱਚ ਹਾਂਜੀ ਪੈਰਾ ਨਿਸ਼ਚਿਤ ਹੋਣ ਦੇ ਬਾਵਜੂਦ ਹੌਲੀ ਹੌਲੀ ਉਸ ਦਾ ਅਰਥ ਪਰਿਵਰਤਨ ਜਾਂ ਸ਼ਬਦ ਪ੍ਰਯੋਗ ਹੀ ਬਦਲ ਜਾਂਦਾ ਹੈ ਡੰਡੇ। ਕੁਦਰਤ ਸ਼ਬਦ ਦੇ ਸੰਦਰਭ ਵਿੱਚ ਵੀ ਇਹੋ ਗੱਲ ਸਹੀ ਸਿੱਧ ਹੁੰਦੀ ਹੈ, ਕਿਉਂਕਿ ਅੱਜ ਜਿਹੜਾ ਸ਼ਬਦ ਪ੍ਰਾਕਿਰਤਿਕ ਦ੍ਰਿਸ਼ਾਂ, ਹਰਿਆਵਲ, ਕੁਦਰਤੀ ਸੋਹਜ, ਬਸੰਤ, ਬਹਾਰ, ਰੰਗ ਰੰਗੀਲੇ ਆਲੇ ਦੁਆਲੇ ਅਤੇ ਵੰਨ ਸਵੰਨੇ ਨਜ਼ਾਰਿਆਂ ਦੀ ਰੂੜ ਹੋ ਗਿਆ ਹੈ, ਉਸ ਦੇ ਕਲਾਵੇ ਵਿੱਚ ਕਦੇ ਇਸ ਦ੍ਰਿਸ਼ਟਮਾਨ ਪਸਾਰੇ ਵਿਚਲਾ ਸਭੋ ਕੁਝ ਹੀ ਸਿਮਟਿਆ ਹੋਇਆ ਹੈ ਡੰਡੇ। ਇੰਜ ਕਾਦਰ ਦੀ ਸਾਜੀ ਤੇ ਨਿਵਾਜੀ ਇਹ ਬੇਅੰਤ, ਬੇਸ਼ੁਮਾਰ ਤੇ ਬਹੁਰੰਗੀ ਕੁਦਰਤ ਉਸ ਦੀ ਖੂਬਸੂਰਤ ਇਬਾਰਤ ਹੈ, ਕਰੀਨੇਦਾਰ ਰਚਨਾ ਹੈ, ਜੋ ਪਰਮਾਰਥਕ ਤੌਰ ਤੇ ਨਹੀਂ ਪਰੰਤੂ ਵਿਵਹਾਰਿਕ ਰੂਪ ਵਿੱਚ ਸੱਚ ਹੈ ਡੰਡੇ। ਕੁਦਰਤ ਭਾਵੇਂ ਮੂਲ ਰੂਪ ਵਿੱਚ ਅਰਬੀ ਦਾ ਸ਼ਬਦ ਹੈ, ਪਰੰਤੂ ਹੁਣ ਇਹ ਪੰਜਾਬੀ ਦਾ ਅਨਿੱਖੜ ਤੇ ਅਤਿ ਪਿਆਰਾ ਪਦ ਬਣ ਚੁੱਕਾ ਹੈ ਡੰਡੇ। ਤੁਰਕੀ ਵਾਲੇ ਵੀ ਇਸ ਨੂੰ ਸ੍ਰਿਸ਼ਟੀ ਦੇ ਅਰਥਾਂ ਵਿੱਚ ਹੀ ਵਰਤਦੇ ਹਨ ਡੰਡੇ। ਉਂਝ ਤਾਂ ਸਾਂਖਿਆ ਸ਼ਾਸਤਰ ਵਿੱਚ ਵੀ ਕੁਦਰਤ ਦੇ ਉਲੇਖ ਹਨ, ਪਰੰਤੂ ਜਿਸ ਦਾਰਸ਼ਨਿਕ ਪਰਿਪੇਖ ਵਿੱਚ ਕੁਦਰਤ ਸ਼ਬਦ ਦਾ ਪ੍ਰਯੋਗ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹ ਵਾਕਈ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਨਿਵੇਕਲੀ ਗੱਲ ਹੈ ਡੰਡੇ।
तत्काली सभ्याचार विच व्यापत समाजिक बुराइयां कर्म कान दंभ विखावा अते दिशाहीन कार्य शैली ने वार वार श्री गुरु नानक देव जी नू कुदरत दे रचेता कादर नू चितवन लई मजबूर कीता। दंड परमार्थक सेध देन लई यतनशील साडे तत्वेत्या। हाँ जी स्टॉप।